ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸ્રોਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਸਵਾਗਤ ਹੈ ਮਹਾਰਾਜ ਕੰਬੀਰ ਸਿੰਘ ਪ੍ਰੈਜ਼ੀਡੈਂਟ ਸਟੂਡੀਓਸ ਤੋਂ ਹਰਜੋਤ ਸਿੰਘ ਜੀ ਜੀ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸ્રોਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸ ਤੇ ਦਿਨ ਮੰਗਲਵਾਰਾ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2504082722500 ਅਮਰਜੀਤ ਸਿੰਘ ਫਰੈਜ਼ਨੋ ਗੁਰਵਚਨ ਸਿੰਘ ਨਾਗਰਾ ਸੈਕਰਮੈਂਟ ਉਤਾਰ ਸਿੰਘ ਮੰਝਲ ਗੁਰਪਾਲ ਸਿੰਘ ਸੋਹਲ ਕਲੋਵਿਸ ਪਿਤਪਾਲ ਸਿੰਘ ਠਵਾਲ ਐਲ ਗਰੂਵ ਕੋਹਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕੋਰਨਰ ਦੇ ਉਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ ਕਾਲ 5592663737 ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟਲੀ ਉਪਲਬਧ ਹਨ ਤੇ ਸ਼ੌਪਟਲੀ ਮੈਕੈਨਿਕ ਦੀ ਇਹਨਾਂ ਨੂੰ ਪਾਲ ਹੈ ਤੇ ਨਾਲ ਹੀ ਵੁੱਡਲੈਂਡ ਕੈਲੀਫੋਰਨੀਆ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ ਵੀਡੀਓ ਸਰਕਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ 597 ਨਾਰਥ ਈਸਟ ਸਟਰੀਟ ਵੁੱਡਲੈਂਡ 9163969085 ਤੇਰ ਕਿਹੜਾ ਇਮੀਗ੍ਰੇਸ਼ਨ ਲਾਫਰ ਮੀ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕਾਮ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰ ਕਿਹਣਾ ਹੋਣਾ ਦੇ ਨਾਲ ਸੰਪਰਕ ਕਰੋ 415 909 0503 4159090503 ਜ਼ੈਂਡਰ ਮਾਰਗੇਜ ਅਤੇ ਰੀਅਲ اسٹیਟ ਵਾਲੇ ਕਾਰ ਖਰੀਦਣ ਵਿੱਚ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ ਕਮਰਸ਼ੀਅਲ ਲੋਨਸ ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚਿਮਾ 508 905 2575 ਤੇ ਜੇ ਚਾਹੁੰਦੇ ਹੋ ਜਿਆਦਾ ਡਿਸਕਾਊਂਟ ਵਾਲਾ ਫਿਊਲ ਕਾਰਡ ਤਾਂ ਕਾਲ 트াকিং ਮਲਟੀ ਸਰਵਿਸਿਜ਼ 4082722600482722600 ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ 4087227698 ਦੇ ਉੱਤੇ ਜੀ ਅੱਜ ਦੀਆਂ ਖਬਰਾਂ ਵਾਂ ਲਾਈਏ ਤੇ ਰਾਜਕਮਲ ਸਿੰਘ ਜੀ ਇੱਕ ਆਰਥਰ ਜਿਹੜਾ ਸ਼ੋਅ ਹੈਗਾ ਬੱਚਿਆਂ ਦਾ ਕਿਡਸ ਦਾ ਬਹੁਤ ਹੀ ਪਪੂਲਰ ਸ਼ੋਅ ਆ ਉਹਦੇ ਵਿੱਚ ਕਹਿੰਦੇ ਵੀ ਸਿੱਖ ਕਰੈਕਟਰ ਉਹ ਲੈ ਕੇ ਆਏ ਆ ਪਟਕੇ ਵਾਲਾ ਜਿਹੜਾ ਨੌਜਵਾਨ ਮੁੰਡਾ ਹੈਗਾ ਆ 4th ਗ੍ਰੇਡ ਦੇ ਵਿੱਚ ਸੁਮੀਰ ਨਾਮ ਦਾ ਸੋ ਉਹਦੇ ਨਾਲ ਸਿੱਖਾਂ ਦੀ ਆਇਡੈਂਟੀਟੀ ਨੂੰ ਜਿਹੜਾ ਕਾਫੀ ਜ਼ਿਆਦਾ ਜਿਹੜਾ ਬੂਸਟ ਮਿਲੂਗਾ ਬਹੁਤ ਹੀ ਪਪੂਲਰ ਇਹ ਸ਼ੋਅ ਆ ਬੱਚਿਆਂ ਦਾ ਤੇ ਉਹ ਕਾਫੀ ਡਿਟੇਲ ਦੇ ਵਿੱਚ ਹੈਗਾ ਆ ਆਪਾਂ ਦਾ ਖਬਰਾਂ ਵਿੱਚ ਥੋੜਾ ਜਿਹਾ ਹੀ ਸਾਂਝਾ ਕਰਦੇ ਆ ਵੀ ਉਹ 4th ਗ੍ਰੇਡ ਦੇ ਵਿੱਚ ਹੁੰਦਾ ਆ ਤੇ ਨਵੇਂ ਜਦੋਂ ਸਕੂਲ ਖੋਲਣਾ ਆ ਤੇ ਸੁਮੀਰ ਦਾ ਨਾਂ ਰੱਖਿਆ ਕਿ ਕਿਸ ਤਰ੍ਹਾਂ ਉਹ ਮਿਲਦਾ ਹੈ ਕਿਸ ਤਰ੍ਹਾਂ ਉਹ ਪਟਕਾ ਬਣਿਆ ਉਹਦੇ ਘੜਾ ਵੀ ਹੈਗਾ ਆ ਤੇ ਇਸ ਤੋਂ ਬਿਨਾ ਹੋਰ ਵੀ ਕਈ ਬੁੱਕਸ ਜਿਹੜੀਆਂ ਆ ਬੱਚਿਆਂ ਦੇ ਲਈ ਪਿਛਲੇ ਸਮੇਂ ਦੇ ਵਿੱਚ ਆਈਆਂ ਆ ਖਾਸ ਕਰਕੇ ਫੌਜੀਆ ਸਿੰਘ ਦੇ ਨੂੰ ਲੈ ਕੇ ਇਨ ਵਿਜੀਬਲ ਲਾਈਨ ਲਾਇਓਨਸ ਮੇਨ ਚਿਲड्रन ਦੀਆਂ ਹੋਰ ਬੁੱਕ ਸੁਪਰ ਸੱਤਿਆ ਸੇਵਜ਼ ਦਾ ਡੇ ਕਰਕੇ ਸੋ ਇਹ ਵਧੀਆ ਜਿਹੜਾ ਕਰੈਕਟਰ ਕਹਿੰਦੇ ਉਹਨੇ ਐਡ ਕੀਤਾ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਜਿਹੜੇ ਪਟਕੇ ਵਾਲੇ ਨਿਆਣੇ ਆ ਉਹ ਸਿੱਖ ਕੌਣ ਹੈਗੇ ਜੀ ਬਿਲਕੁਲ ਪੀਬੀਐਸ ਜਿਹੜਾ ਪਬਲਿਕ ਬ੍ਰਾਡਕਾਸਟਿੰਗ ਸਰਵਿਸ ਪੀਬੀਐਸ ਕਿਡਸ ਦਾ ਉਹਨਾਂ ਦੇ ਦੁਆਰਾ ਇੱਕ ਸਪੈਸ਼ਲ ਸ਼ੋ ਜਿਹੜਾ ਆਥਰਜ਼ ਫਰਸਟ ਡੇ ਕਰਕੇ ਬਣਾਇਆ ਗਿਆ ਆ ਉਸ ਦੇ ਵਿੱਚ ਆ ਆਈ ਥਿੰਕ ਇਹ ਵਨ ਆਫ a ਵਨ ਆਵਰ ਲੰਗ ਐਪੀਸੋਡ ਜਿਹੜੀ ਹੈਗੀ ਆ ਸੀਜ਼ਨ 25 ਦੀ ਉਹਦੇ ਵਿੱਚ ਇਹਨਾਂ ਨੇ ਕੀਤਾ ਸੋ ਚੰਗੀ ਗੱਲ ਆ ਤੇ ਇਸ ਦੀ ਜਿਹੜੀ ਸ਼ਿਲਾਘਾ ਕਰਨੀ ਚਾਹੀਦੀ ਆ ਵੀ ਆਈਡੈਂਟੀਟੀ ਨੂੰ ਲੈ ਕੇ ਆਲਰੇਡੀ ਆਪਾਂ ਦੇਖ ਰਹੇ ਆ ਵੀ ਕਿੰਨਾ ਰੌਲਾ ਆ ਸੋ ਮੇਬੀ ਬੱਚੇ ਜਿਹੜੇ ਦੇਖਦੇ ਆ ਆ ਖਾਸ ਕਰਕੇ ਜਿਹੜੇ ਹੁਣ ਸਕੂਲ ਦੇ ਵਿਦਿਆਰਥੀ ਆ ਉਹ ਇਸ ਦੇ ਨਾਲ ਪਛਾਣ ਦੇ ਬਾਰੇ ਪਤਾ ਲੱਗੂਗਾ ਤੇ ਹੋਪਫੁਲੀ ਜਿਹੜੀ ਲਗਾਤਾਰ ਬੁਲੀਂਗ ਬੱਚਿਆਂ ਦੀ ਇਹਨਾਂ ਦੀ ਪਟਕੇ ਵਾਲਿਆਂ ਦੀ ਜਿਹੜੀ ਹੁੰਦੀ ਆ ਉਸ ਦੇ ਵਿੱਚ ਜਿਹੜਾ ਕੋਈ ਫਰਕ ਪਵੇ ਏਟ ਲੀਸਟ ਉਹਨਾਂ ਨੂੰ ਪਤਾ ਲੱਗੇ ਵੀ ਆਇਡੈਂਟੀਟੀ ਕੀ ਆ ਅਗਲੀ ਜਿਹੜੀ ਅਜੋਸ ਸਿੰਘ ਦੀ ਗੱਲ ਕਰਦੇ ਜਾਈਏ ਅੱਜ ਹਾਊਸ ਨੇ 3.5 ਟ੍ਰਿਲੀਅਨ ਡਾਲਰ ਦਾ ਜਿਹੜਾ ਬਾਈਡਨ ਹੁਣਾਂ ਦੇ ਏਜੰਡੇ ਵਾਲਾ ਬਜਟ ਆ ਉਸ ਨੂੰ ਪਾਸ ਕਰ ਦਿੱਤਾ ਆ 212 ਵੋਟਾਂ ਦੇ ਮੁਕਾਬਲੇ 220 ਵੋਟਾਂ ਦੇ ਨਾਲ ਇਹ ਬਿੱਲ ਹਾਊਸ ਦੇ ਵਿੱਚ ਮжоਰਿਟੀ ਦੇ ਨਾਲ ਜਿਹੜਾ ਉਹ ਪਾਸ ਹੋ ਗਿਆ ਹੈਗਾ ਪਹਿਲੋਂ ਜਿਹੜੇ ਮੋਡਰੇਟ ਡੈਮੋਕ੍ਰੇਟਸ ਸੀਗੇ ਉਹ ਕਹਿੰਦੇ ਆ ਵੀ ਉਹਨਾਂ ਦੇ ਨਾਲ ਕੱਲ ਜਿਹੜੀ ਗੱਲਬਾਤ ਹੋਈ ਕਿਸੇ ਸਿਰੇ ਨਹੀਂ ਲੱਗੀ ਅੱਜ ਕਹਿੰਦੇ ਆਖਿਰਕਾਰ ਬਾਕੀ ਡੈਮੋਕ੍ਰੇਟਸ ਦੇ ਨਾਲ ਉਹਨਾਂ ਦਾ ਸਮਝੌਤਾ ਜਿਹੜਾ ਆ ਉਹ ਹੋ ਗਿਆ ਤੇ ਇਸ ਨੂੰ ਜਿਹੜਾ ਉਹ ਪਾਸ ਕਰ ਦਿੱਤਾ ਹੈਗਾ ਆ ਸੋ ਪਿਛਲੇ 24 ਘੰਟਿਆਂ ਦੇ ਵਿੱਚ ਕਾਫੀ ਜਿਹੜਾ ਆ ਉਤਾਰ ਚੜ੍ਹਾਵ ਜਿਹੜੇ ਇਸ ਦੇ ਵਿੱਚ ਦੇਖਣੇ ਪਏ ਆ ਜਿਹੜੀ ਸਪੀਕਰ ਨੈਂਸੀ ਪਲੋਸੀ ਆ ਉਸਨੇ ਜਿਹੜਾ ਹਾਊਸ ਫਲੋਰ ਤੋਂ ਇਹ ਆਖਿਆ ਵੀ ਕਹਿੰਦੇ ਵੀ ਅਸੀਂ ਜਿਹੜਾ ਫਿਜ਼ੀਕਲ ਤੌਰ ਦੇ ਉੱਤੇ ਹੀ ਜਿਹੜਾ ਇਹ ਢਾਂਚਾ ਨਹੀਂ ਤਿਆਰ ਕਰ ਰਹੇ ਅਮਰੀਕਾ ਦਾ ਅਸੀਂ ਹਿਊਮਨ ਇਨਫਰਾਸਟ੍ਰਕਚਰ ਵੀ ਅਮਰੀਕਾ ਦਾ ਇਸ ਬਿਲ ਦੇ ਤਹਿਤ ਜਿਹੜਾ ਉਹ ਤਿਆਰ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਜਿਹੜਾ ਬਾਈਪਾਰਟੀਜਨ 1 ਟ੍ਰਿਲੀਅਨ ਡਾਲਰ ਦਾ ਬਿਲ ਸੈਨੇਟ ਚੋਂ ਪਾਸ ਹੋ ਕੇ ਆਇਆ ਹੋਇਆ ਆ ਉਹ ਜੇ ਹਾਊਸ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਉਹਨਾਂ ਨੇ ਭਰੋਸਾ ਜਿਹੜਾ ਦਵਾਇਆ ਆ ਵੀ ਸਤੰਬਰ ਜਿਹੜੀ 27 ਤੱਕ ਜਿਹੜਾ ਬਾਈਪਾਰਟੀਜ਼ਨ ਪੈਕੇਜ ਆ ਉਸ ਨੂੰ ਵੀ ਜਿਹੜਾ ਉਹ ਪੇਸ਼ ਕੀਤਾ ਜਾਊਗਾ ਇਹੀ ਜਿਹੜਾ ਸਮਝੌਤਾ ਦੂਜਿਆਂ ਦੇ ਨਾਲ ਹੋਇਆ ਸੀਗਾ ਵੀ ਜਿਹੜਾ ਬਾਈਪਾਰਟੀਜ਼ਨ ਬਿੱਲ ਆ ਉਹ ਕਿਤੇ ਇਸ ਦੇ ਸਾਈਡ ਲਾਈਨ ਦੇ ਉੱਤੇ ਜਿਹੜਾ ਉਹ ਨਾ ਰਹਿ ਜਾਵੇ ਪਲੋਸੀ ਨੇ ਆਖਿਆ ਆ ਵੀ 1 ਅਕਤੂਬਰ ਤੱਕ ਦੋਨਾਂ ਹੀ ਬਿੱਲਾਂ ਨੂੰ ਪਾਸ ਕਰਨ ਦੀ ਜਿਹੜੀ ਆ ਉਹਨਾਂ ਨੇ ਗੋਲ ਜਿਹੜਾ ਉਹ ਮਿੱਥਿਆ ਹੈਗਾ ਆ ਸੋ ਬਾਈਡਨ ਹੁਣ ਦੇ ਪ੍ਰੈਜ਼ੀਡੈਂਟ ਬਾਈਡਨ ਦੇ ਜਿਹੜੇ ਅਜੰਡੇ ਆ ਪ੍ਰਾਇੋਰਟੀ ਇਸ ਦੇ ਵਿੱਚ ਇਹ ਦੋਨੋਂ ਹੀ ਬਿੱਲ ਬਹੁਤ ਅਹਿਮ ਜਿਹੜੇ ਆ ਉਹ ਹੋਣਗੇ ਤੇ ਜੇ ਹੁਣ ਸੈਨੇਟ ਦੇ ਵਿੱਚ ਰੀਕਨਸਿਲੀਏਸ਼ਨ ਦੇ ਤਹਿਤ ਇਹ ਪਾਸ ਹੋ ਜਾਂਦਾ ਆ ਖਾਸ ਕਰਕੇ ਜੇ ਮੈਂਚਨ ਸੈਨੇਟਰ ਤੇ ਜਿਹੜੇ ਕ੍ਰਿਸਟਨ ਸਿਨੇਮਾ ਆ ਉਹ ਨਾਲ ਡੈਮੋਕ੍ਰੇਟਸ ਦੇ ਮਿਲ ਕੇ ਵੋਟ ਪਾ ਜਾਂਦੇ ਨੇ ਤਾਂ ਇਹ ਇੱਕ ਜਿਹੜਾ ਕਹ ਲੋ ਵੀ ਕਾਫੀ ਵੱਡਾ ਜਿਹੜਾ ਆ ਉਹ ਬਿੱਲ ਪਾਸ ਹੋ ਜਾਵੇਗਾ ਕਿਤੇ ਨਾ ਕਿਤੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਨ੍ਹਾਂ ਦੀ ਲੈਗੇਸੀ ਦੇ ਵਿੱਚ ਇੱਕ ਵੀ ਨਾਮ ਜਿਹੜਾ ਉਹ ਜੁੜ ਸਕੇਗਾ ਇਹ ਹੁਣ ਦੇਖਣਾ ਹੋਊਗਾ ਆ ਵੀ ਉਹ ਸੈਨੇਟ ਦੇ ਵਿੱਚ ਇਸ ਦਾ ਕੀ ਹਾਲ ਜਿਹੜਾ ਹੁੰਦਾ ਆ ਰਿਪਬਲਿਕਨਸ ਨੇ ਇਸ ਨੂੰ ਪੂਰੀ ਤਰ੍ਹਾਂ ਇਸ ਦਾ ਜਿਹੜਾ ਉਹ ਵਿਰੋਧ ਜਿਹੜਾ ਉਹ ਕੀਤਾ ਹੈਗਾ ਆ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਕਾਂਗਰਸ ਨੂੰ ਇਸ ਟਾਈਮ ਅਫਗਾਨਿਸਤਾਨ ਦੇ ਕ੍ਰਾਈਸਿਸ ਦੇ ਉੱਤੇ ਫੋਕਸ ਕਰਨ ਦੀ ਜਿਹੜੀ ਉਹ ਜ਼ਰੂਰਤ ਹੈ ਆ ਹੈਗੀ ਆ ਨਾ ਕਿ ਇਹ ਵੱਡੇ ਜਿਹੜੇ ਬਿੱਲ ਆ ਉਸ ਨੂੰ ਪਾਸ ਕਰਨ ਦੀ ਇਥੋਂ ਦੇ ਸੈਂਟਰ ਵੈਲੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਜिम ਕੋਸਟ ਆ ਆ ਜਿਹੜੇ ਕਿ ਨੇਗੋਸ਼ੀਏਟਰਸ ਦੇ ਵਿੱਚੋਂ ਇੱਕ ਸੀਗੇ ਉਹਨਾਂ ਨੇ ਜਿਹੜਾ ਇਹ ਆਖਿਆ ਇਹ ਮੋਡਰੇਟ ਡੈਮੋਕ੍ਰੇਟਸ ਦੇ ਵਿੱਚੋਂ ਇੱਕ ਸੀਗੇ ਜਿਨ੍ਹਾਂ ਦੇ ਨਾਲ ਆਪਸ ਵਿੱਚ ਗੱਲਬਾਤ ਕਰਕੇ ਫਿਰ ਜਿਹੜਾ ਸਮਝੌਤਾ ਉਹ ਹੋਇਆ ਆ ਤੇ ਕਹਿੰਦੇ ਵੀ ਅਸੀਂ ਇਹੀ ਮੇਕ ਸ਼ੋਰ ਕਰਨਾ ਚਾਹੁੰਦੇ ਸੀ ਵੀ ਸਾਡੀ ਆਵਾਜ਼ ਵੀ ਜਿਹੜੀ ਆ ਉਹ ਸੁਣੀ ਜਾਵੇ ਜੀ ਅਗਲੀ ਖ਼ਬਰ ਚਲੋ ਜੀ ਯੂਐਸ ਨੇ ਜਿਹੜੀਆਂ ਰਿਫਿਊਜੀ ਏਡ ਗਰੁੱਪ ਹੈਗੇ ਆ ਉਹਨਾਂ ਨੂੰ ਇਹ ਕਿਹਾ ਕਿ 50 ਹਜ਼ਾਰ ਦੇ ਕਰੀਬ ਜਿਹੜੇ ਅਫਗਾਨਸ ਆ ਉਹਨਾਂ ਨੂੰ ਐਕਸੈਪਟ ਕਰਨ ਦੇ ਲਈ ਤਿਆਰ ਰਹੋ ਯੂਐਸਏ ਦੇ ਵਿੱਚ ਹਿਊਮਨਿਟੇਰੀਅਨ ਪਰੋਲ ਸਟੇਟਸ ਜਿਹੜਾ ਆ ਇਹ ਜਿਹੜੇ ਰਿਫਿਊਜੀ ਆਣਗੇ ਉਹਨਾਂ ਨੂੰ ਦਿੱਤਾ ਜਾਊਗਾ ਪਰ ਯੂਐਸਏ ਪਹੁੰਚਣ ਤੋਂ ਪਹਿਲਾਂ ਜਿਹੜੇ ਅਫਗਾਨਿਸਤਾਨ ਤੋਂ ਅਫਗਾਨ ਦੇ ਲੋਕ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈ ਉਹਨਾਂ ਨੂੰ ਕਿਸੇ ਹੋਰ ਮੁਲਕ ਦੇ ਵਿੱਚ ਲਿਆਂਦਾ ਜਾਊਗਾ ਉੱਥੇ ਉਹਨਾਂ ਦੀ ਵੈਟਿੰਗ ਕੀਤੀ ਜਾਊਗੀ ਵੈਟਿੰਗ ਦਾ ਮਤਲਬ ਇਹ ਆ ਕਿ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਹੋਊਗੀ ਕਿ ਉਹ ਪ ਸੱਚਮੁੱਚ ਹੀ ਉਹ ਉੱਥੇ ਕਿਸੇ ਵਾਇਲੈਂਸ ਦਾ ਸ਼ਿਕਾਰ ਹੋਣਗੇ ਜਾਂ ਕੋਈ ਤਾਲਿਬਾਨ ਵਾਲਾ ਹੀ ਬੰਦਾ ਤਾਂ ਨਹੀਂ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਯੂਐਸਏ ਦੇ ਵਿੱਚ 1 ਸਾਲ ਦਾ ਜਿਹੜਾ ਉਹ ਵੀਜ਼ਾ ਹੋਊਗਾ ਤੇ 1 ਸਾਲ ਤੋਂ ਬਾਅਦ ਜਾਂ 1 ਸਾਲ ਦੇ ਵਿੱਚ ਵਿੱਚ ਉਹ ਆਪਣਾ ਪੋਲੀਟਿਕਲ ਸਾਈਲੰਮ ਜਾਂ ਹੋਰ ਸਟੇਟਸ ਜਿਹੜਾ ਆ ਉਹਦੇ ਬਾਰੇ ਜਿਹੜਾ ਆ ਉਹ ਅਪਲਾਈ ਕਰ ਸਕਦੇ ਹੈਗੇ ਆ ਪ੍ਰੈਜ਼ੀਡੈਂਟ ਵਾਈਡਨ ਹੋਣਾ ਨੇ ਅੱਜ ਕਹਿਤਾ ਵੀ ਅਸੀਂ ਡੇਟ ਵਧਾਣ ਨਹੀਂ ਜਾ ਰਹੇ ਹੈਗੇ ਲਾਸਟ ਡੇਟ ਜਿਹੜੀ ਆ ਅਗਸਤ ਦੀ 31 ਹੋਊਗੀ ਜਦੋਂ ਅਮਰੀਕਾ ਦੇ ਸਾਰੇ ਟਰੂਪਸ ਜਿਹੜੇ ਆ ਉੱਥੋਂ ਬਾਹਰ ਆ ਜਾਣਗੇ ਕਹਿੰਦੇ ਪਈ ਉੱਥੇ ਜਿਹੜਾ ਟੈਰਰਿਸਟ ਥ੍ਰੈਟ ਦਾ ਖਤਰਾ ਹੈਗਾ ਆ ਤੇ ਅਫਗਾਨਿਸਤਾਨ ਦੇ ਜਿਹੜੇ ਤਾਲੀਬਾਨ ਦੇ ਲੀਡਰ ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਨਹੀਂ ਚਾਹਦੇ ਕਿ 8 ਅਗਸਤ 31 ਤੋਂ ਬਾਅਦ ਕੋਈ ਵੀ ਅਮਰੀਕਨ ਫੌਜੀ ਇੱਥੇ ਰਹੇ ਪਿਛਲੇ ਘੰਟਿਆਂ ਦੇ ਦੌਰਾਨ ਬਹੁਤ ਹੀ ਜ਼ਿਆਦਾ ਜਿਹੜੀਆਂ ਫਲਾਈਟਸ ਆ ਦਵਾ-ਦਵਾ ਭਰ ਕੇ ਜਿਹੜੀਆਂ ਆ ਰਹੀਆਂ ਆ ਪਿਛਲੇ 12 ਘੰਟਿਆਂ ਚ 19 ਦੇ ਕਰੀਬ ਯੂਐਸ ਦੇ ਮਿਲਟਰੀ ਫਲਾਈਟਸ ਏਵੈਕੂਏਟ ਜਿਨ੍ਹਾਂ ਨੇ ਕੀਤੇ ਹੈਗੇ 6400 ਦੇ ਕਰੀਬ ਲੋਕ ਤੇ 31 ਕੋਲੀਸ਼ਨ ਫਲਾਈਟਸ ਜਿਹੜੀਆਂ ਹੈਗੀਆਂ ਜਿਨ੍ਹਾਂ ਨੇ 5600 ਲੋਕ ਕਾਬਲ ਤੋਂ ਏਵੈਕੂਏਟ ਕੀਤੇ ਹੈਗੇ ਜੇ ਉਧਰ ਤਾਲਿਬਾਨ ਨੇ ਕਹਿ ਦਿੱਤਾ ਹੈ ਵੀ ਹੋਰ ਕਿਸੇ ਵੀ ਅਫਗਾਨੀ ਨੂੰ ਅਸੀਂ ਕਾਬਲ ਦੇ 에ਰਪੋਰਟ ਨੂੰ ਜਿਹੜਾ ਉਹ ਨਹੀਂ ਜਾਣ ਦੇਵਾਂਗੇ ਸੋ ਉਹਨਾਂ ਦੇ ਬਿਚਾਰਿਆਂ ਦੇ ਲਈ ਕਾਫੀ ਮੁਸ਼ਕਲ ਜਿਹੜੀ ਉਹ ਰਹੇਗੀ ਉਹਨਾਂ ਨੇ 31 ਅਗਸਤ ਨੂੰ ਤਾਂ ਅਖੀਰਲਾ ਦਿਨ ਜਿਹੜਾ ਉਹ ਤੈਅ ਕਰ ਹੀ ਦਿੱਤਾ ਹੈ ਪਰ ਨਾਲ ਹੀ ਕੰਟਿੰਜੈਂਸੀ ਪਲਾਨ ਵੀ ਜੇ ਕੋਈ ਰਹਿ ਜਾਂਦਾ ਹੈ ਤੇ ਉਹਨਾਂ ਨੂੰ ਕਿੱਦਾਂ ਜਿਹੜਾ ਉੱਥੋਂ ਕੱਢਿਆ ਜਾਣਾ ਹੈ ਉਸ ਤੇ ਲਈ ਆਲਰੇਡੀ ਪੈਂਟਾਗਨ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਅਬੀ ਸੰ ਕਹਿੰਦੇ ਵੀ ਮੈਨੂੰ ਬੈਕਅੱਪ ਪਲਾਨ ਵੀ ਜਿਹੜਾ ਉਹ ਤੁਸੀਂ ਦੱਸੋ ਵੀ ਕੀ ਜਿਹੜਾ ਇਸ ਆਕਾਸ਼ੇ ਦੇ ਵਿੱਚ ਜਿਹੜਾ ਉਹ ਕੀਤਾ ਜਾ ਸਕਦਾ ਆ ਸੋ ਇਹ ਹੁਣ ਦੇਖਦੇ ਹਾਂ ਕੀ ਹੁੰਦਾ ਉਧਰ ਸੀਆਈਏ ਦੇ ਜਿਹੜੇ ਡਾਇਰੈਕਟਰ ਆ ਵਿਲੀਅਮ ਬਰਨਸ ਆ ਉਹਨਾਂ ਦੀ ਇੱਕ ਗੁਪਤ ਮੀਟਿੰਗ ਕਾਬਲ ਦੇ ਵਿੱਚ ਉਹਨਾਂ ਦੇ ਤਾਲੀਬਾਨ ਦੇ ਡੈਫੈਕਟੋ ਲੀਡਰ ਅਬਦੁਲ ਗਨੀ ਜਿਹੜੇ ਆ ਉਸ ਦੇ ਨਾਲ ਹੋ ਹਟੀ ਹੈਗੀ ਆ ਸੋ ਉਧਰ ਜਿਹੜੇ ਹਰਜੋਤ ਸਿੰਘ ਜੀ ਜਿਹੜਾ ਦੂਜਾ ਜਿਹੜਾ ਰਿਆ ਰਾਸ਼ਟਰਪਤੀ ਆ ਉਥੇ ਦਾ ਜਿਹੜਾ ਭੱਜ ਗਿਆ ਸੀ 169 ਮਿਲੀਅਨ ਡਾਲਰ ਕੈਸ਼ ਨੂੰ ਲੈ ਕੇ ਜਿਹੜਾ ਹੁਣ ਸਵਾਲ ਉਸ ਦੇ ਉੱਤੇ ਜਿਹੜਾ ਉਹ ਉੱਠ ਰਿਹਾ ਹੈਗਾ ਆ ਵੀ ਇਹ ਡਾਲਰ ਉਹਦੇ ਕੋਲ ਆਏ ਤਾਂ ਆਏ ਕਿੱਥੇ ਆ ਹੈਗੇ ਸੀਗੇ ਨਹੀਂ ਸੀਗੇ ਤੇ ਲੈ ਕੇ ਕਿਦਾਂ ਜਿਹੜਾ ਆ ਉਹ ਜੇ ਜੇ ਸੀ ਤੇ ਉਹ ਫਰਾਰ ਜਿਹੜਾ ਉਹ ਕਿਦਾਂ ਹੋ ਗਿਆ ਆ ਸੋ ਉਸ ਨੂੰ ਲੈ ਕੇ ਜਿਹੜੇ ਰਿਪਬਲਿਕਨਸ ਆ ਉਹ ਵਾਈਟ ਹਾਊਸ ਦੇ ਉੱਤੇ ਦਬਾਅ ਜਿਹੜਾ ਉਹ ਪਾ ਰਹੇ ਆ ਵੀ ਇਸ ਨੂੰ ਲੈ ਕੇ ਸਾਨੂੰ ਜਵਾਬ ਜਿਹੜੇ ਉਹ ਚਾਹੀਦੇ ਨੇ ਥੈਟਸ ਅ ਲਾਟ ਆਫ ਮਨੀ 169 ਮਿਲੀਅਨ ਡਾਲਰ ਜੇ ਅਸਲ ਦੇ ਵਿੱਚ ਉਹ ਇੰਨੇ ਹੀ ਸੀਗੇ ਸੋ ਕਿਉਂਕਿ ਜਿੱਦਣ ਉਹ ਭੱਜਿਆ ਸੀਗਾ ਉਸ ਦਿਨ ਇਹੀ ਜਿਹੜੀਆਂ ਚਰਚਾਵਾਂ ਤੁਰੀਆਂ ਸੀਗੀਆਂ ਵੀ ਗੱਡੀਆਂ ਭਰ ਕੇ ਕੈਸ਼ ਜਿਹੜਾ ਆ ਉਹ ਨਾਲ ਲੈ ਕੇ ਉਥੋਂ ਫਰਾਰ ਹੋ ਗਿਆ ਤੇ ਇਸ ਟਾਈਮ ਯੂ ਦੇ ਵਿੱਚ ਉਸ ਨੂੰ ਹਿਮੈਨਿਟੇਰੀਅਨ ਬੇਸਿਸ ਦੇ ਉੱਤੇ ਜਿਹੜੀ ਸ਼ਰਨਾ ਉਹ ਦਿੱਤੀ ਗਈ ਹੈਗੀ ਆ ਜੀ ਅਗਲੀ ਖਬਰ ਕੈਲੀਫੋਰਨੀਆ ਸਟੇਟ ਤੋਂ ਆ ਰਹੀ ਹੈ ਕਹਿੰਦੇ ਪਈ 11.9 ਬਿਲੀਅਨ ਡਾਲਰ ਗੋਲਡਨ ਸਟੇਟ ਦਾ ਜਿਹੜੇ ਸਟਿਮੂਲਸ ਚੈਕਸ ਆ ਉਹ ਇੱਕ ਵਾਰੀ ਫੇਰ 660 ਡਾਲਰ ਦੇ ਕਰੀਬ ਜਿਹੜੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਆਣਗੇ ਹੋ ਸਕਦਾ ਕਹਿੰਦੇ ਵੀ ਸਤੰਬਰ ਦੇ ਪਹਿਲੇ ਹਫਤੇ ਹੀ ਇਹ ਆ ਜਾਣ ਜਿਨ੍ਹਾਂ ਦੀ 75000 ਡਾਲਰ ਤੋਂ ਥੱਲੇ ਇਨਕਮ ਆ ਇੰਡੀਵਿਜੂਅਲ ਦੀ ਦੋ ਜਣਿਆਂ ਦੀ 1.5 ਲੱਖ ਤੋਂ ਥੱਲੇ ਹੈਗੀ ਆ ਜਿਨ੍ਹਾਂ ਨੇ 2020 ਦਾ ਟੈਕਸ ਰਿਟਰਨ ਫਾਈਲ ਕਰ ਦਿੱਤਾ ਆ ਉਹਨਾਂ ਨੂੰ ਜਿਹੜਾ ਆ 660 ਡਾਲਰ ਆ ਸਕਦਾ ਹੈਗਾ ਆ ਬਹੁਤ ਹੀ ਜਲਦੀ ਜੀ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਐਫਸੀਸੀ ਨੇ 5 ਮਿਲੀਅਨ ਡਾਲਰ ਦਾ ਜੁਰਮਾਨਾ ਪਾਇਆ ਆ ਜੇਕਬ ਵੋਲ ਜੈਕ ਬਰਕਮੈਨ ਉਹਨਾਂ ਨੂੰ ਇਲੈਕਸ਼ਨ ਨੂੰ ਲੈ ਕੇ ਜਿਹੜੀਆਂ ਰੋਬੋ ਕਾਲਸ ਆ ਜਿਹੜੀਆਂ ਉਹਨਾਂ ਨੇ ਕੀਤੀਆਂ ਆ 2020 ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਦੀ ਜਿਹੜੀ ਆ ਮਨਜ਼ੂਰੀ ਤੋਂ ਬਗੈਰ ਇਹ ਸਪੀਅਰ ਨੇ ਕਹਿੰਦੇ ਆ ਵੀ ਬਹੁਤ ਜ਼ਿਆਦੀਆਂ ਰੋਬੋ ਕਾਲਸ ਕੀਤੀਆਂ ਤੇ ਐਫ ਸੀ ਸੀ ਨੇ ਇਸ ਦੀ ਜਾਂਚ ਦੇ ਵਿੱਚ ਪਾਇਆ ਵੀ ਇਹਨਾਂ ਨੇ ਜਿਹੜੀਆਂ ਕਾਨੂੰਨ ਸੀਗੇ ਉਹਨਾਂ ਦੀਆਂ ਧੱਜੀਆਂ ਇਸ ਚੀਜ਼ ਦੇ ਵਿੱਚ ਜਿਹੜੀਆਂ ਉਹ ੜਾਈਆਂ ਆ ਇਹ ਸਿਰਫ 1141 ਰੋਬੋ ਕਾਲਸ ਜਿਹੜੀਆਂ ਸੈੱਲ ਫੋਨਸ ਦੇ ਉੱਤੇ ਕੀਤੀਆਂ ਉਸ ਤੇ ਲਈ ਇਹਨਾਂ ਨੂੰ 5 ਮਿਲੀਅਨ ਡਾਲਰ ਦਾ ਜੁਰਮਾਨਾ ਜਿਹੜਾ ਆ ਉਹ ਪਾਇਆ ਗਿਆ ਹੈਗਾ ਆ ਸੋ ਟੈਕਸਸ ਦੇ ਵਿੱਚ ਟੈਕਸਸ ਟੈਲੀ ਮਾਰਕੀਟਰਸ ਨੂੰ ਇਸ ਸਾਲ ਦੇ ਵਿੱਚ ਆਲਰੇਡੀ ਐਫ ਸੀ ਸੀ ਦੇ ਦੁਆਰਾ 225 ਮਿਲੀਅਨ ਡਾਲਰ ਦਾ ਜੁਰਮਾਨਾ ਜਿਹੜਾ ਆ ਉਹ ਪਾਇਆ ਆ ਗਿਆ ਹੈਗਾ ਆ ਜਿਹੜੇ ਸਪੂਫਿੰਗ ਰੋਬੋ ਕਾਲਸ ਜਿਹੜੀਆਂ ਉਹ ਕਰਦੇ ਆ ਆ ਇਸ ਮਾਮਲੇ ਦੇ ਵਿੱਚ ਇਹ ਦੇਖੋ ਜੁਰਮਾਨੇ ਤਾਂ ਕਰ ਰਹੇ ਆ ਪਰ ਲੋਕ ਬਹੁਤ ਦੁਖੀ ਨੇ ਇਹਨਾਂ ਰੋਬੋ ਕਾਲਸ ਤੋਂ ਇੱਕ ਤਾਂ ਗੱਡੀ ਦੀ ਗਾਰੰਟੀ ਵਾਰੰਟੀ ਵਾਲੀ ਜਿਹੜੀ ਕਾਲ ਆ ਉਹ ਆਉણો ਜਿਹੜੇ ਆ ਉਹੀ ਜਿਹੜੀ ਬੰਦ ਨਹੀਂ ਹੋ ਰਹੀ ਹੈਗੀ ਅਗਲੀ ਖਬਰ ਜਿਹੜੀ ਆ ਮਰਸਡ ਕੈਲੀਫੋਰਨੀਆ ਤੋਂ ਆ ਰਹੀ ਆ ਜਿੱਥੇ ਕਿ ਅੱਜ ਸਵੇਰੇ ਸ਼ੂਟਿੰਗ ਹੋਈ ਇੱਕ ਟਾਕੋ ਦੇ ਟਰੱਕ ਤੇ ਜਿਹੜੇ ਆਪਣਾ ਫੂਡ ਖਾ ਰਹੇ ਸੀ ਦੋ ਜਣੇ ਤੇ ਇੱਕ ਜਣੇ ਦੀ ਮੌਤ ਹੋ ਗਈ ਆ ਵਿਨਟਨ ਸਿਟੀ ਆ ਬਿਲਕੁਲ ਮਰਸਡ ਦੇ ਤੇ ਐਟਵਾਟਰ ਦੇ ਲਾਗੇ ਹਾਈਵੇ 99 ਦੇ ਉੱਤੇ ਤੇ ਤੇ ਇਸੇ ਤਰ੍ਹਾਂ ਜਿਹੜਾ ਆ ਇੱਕ ਹੋਰ ਸ਼ੂਟਿੰਗ ਵੀ ਜਿਹੜੀ ਆ ਮਰਸਡ ਦੇ ਵਿੱਚ ਹੋਈ ਹੈਗੀ ਆ ਅਹ ਜੀ ਬਿਲਕੁਲ ਕਿਹਨੇ ਵੀ ਇਹ ਜਿਹੜੀ ਵਿੰਟਨ ਦੇ ਵਿੱਚ ਗੋਲੀ ਚੱਲੀ ਇਸ ਦੇ ਵਿੱਚ ਇੱਕ ਜਾਨੇ ਦੀ ਮੌਤ ਉਹ ਦੱਸੀ ਗਈ ਆ ਦੋ ਜਾਨੇ ਕਹਿੰਦੇ ਵੀ ਰੋਟੀ ਉੱਥੇ ਟਾਕੋ ਜਿਹੜੇ ਉਹ ਖਾ ਰਹੇ ਸੀ ਜਦੋਂ ਕੋਈ ਆਇਆ ਤੇ ਉਹਨਾਂ ਨੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਤੇ ਕ੍ਰੁਕਮ ਐਲੀਮੈਂਟਰੀ ਸਕੂਲ ਇਸਤੇ ਕਰਕੇ ਲਾਕਡਾਊਨ ਦੇ ਵਿੱਚ ਜਿਹੜਾ ਹੋ ਗਿਆ ਜਿਸ ਤੋਂ ਬਾਅਦ ਦੇ ਵਿੱਚ ਲਾਕਡਾਊਨ ਜਿਹੜਾ ਉਹ ਜਿਹੜਾ ਉਠਾ ਦਿੱਤਾ ਗਿਆ ਸੀਗਾ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਸੁਪਰੀਮ ਕੋਰਟ ਨੇ ਬਾਈਦਨ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਆ ਵੀ ਉਹਨਾਂ ਨੂੰ ਜਿਹੜੇ ਹੇਟਲੀ ਅਦਾਲਤ ਦਾ ਫੈਸਲਾ ਸੀਗਾ ਵੀ ਡੋਨਲਡ 트럼ਪ ਹੁਣਾਂ ਦੀ ਜਿਹੜੀ ਪਾਲਿਸੀ ਸੀਗੀ ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ ਰਿਮੇਨ ਇਨ ਮੈਕਸੀਕੋ ਪਾਲਿਸੀ ਕਰਕੇ ਜਿਹੜੀ ਜਾਣੀ ਜਾਂਦੀ ਸੀ ਉਸ ਨੂੰ ਮੰਨਣਾ ਹੀ ਪਵੇਗਾ ਇਹ ਜਿਹੜੇ ਬਾਈਡਨ ਪ੍ਰਸ਼ਾਸਨ ਉਹ ਕਹਿ ਰਹੇ ਸੀਗੇ ਵੀ ਅਸੀਂ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਉਸ ਨੂੰ ਨਹੀਂ ਰੱਖਣਾ ਚਾਹੁੰਦੇ ਤੇ ਜਿਹੜੇ ਲੋਕ ਇੱਧਰ ਆ ਰਹੇ ਨੇ ਉਹਨਾਂ ਨੂੰ ਇੱਥੇ ਰਹਿੰਦੇ ਹੋਏ ਹੀ ਅਸਾਈਲਮ ਅਪਲਾਈ ਕਰਨ ਦੀ ਇਜਾਜ਼ਤ ਦਿੱਤੀ ਜਾਊਗੀ ਪਰ ਸੁਪਰੀਮ ਕੋਰਟ ਨੇ ਅੱਜ ਕਿਹਾ ਵੀ ਜਿਹੜੀ ਹੇਟ ਲੀਗ ਅਦਾਲਤ ਦਾ ਫੈਸਲਾ ਸੀਗਾ ਉਹ ਇਹਨਾਂ ਨੂੰ ਮੰਨਣਾ ਪਊਗਾ ਉੱਧਰ ਜਿਹੜੇ ਵਾਈਟ ਹਾਊਸ ਵਾਲੇ ਉਹ ਕਹਿੰਦੇ ਵੀ ਅਸੀਂ ਇਹ ਕਹਿ ਰਹੇ ਸੀਗੇ ਵੀ ਜਿੱਦਾਂ ਤੁਸੀਂ ਸਾਬਕਾ ਜਿਹੜੇ ਰਾਸ਼ਟਰਪਤੀ ਉਹਨਾਂ ਦੀਆਂ ਐਗਜ਼ੀਕਿਊਟਿਵ ਪਾਵਰਜ਼ ਆ ਉਹਨਾਂ ਦੇ ਜਿਹੜੇ ਫੈਸਲੇ ਆ ਉਹਨਾਂ ਦੇ ਉੱਤੇ ਨਰਮੀ ਜਿਹੜੀ ਉਹ ਰੱਖੀ ਸੀ ਅ ਅਸੀਂ ਚਾਹੁੰਦੇ ਆ ਵੀ ਤੁਸੀਂ ਇਸ ਨੂੰ ਲੈ ਕੇ ਵੀ ਨਰਮੀ ਜਿਹੜੀ ਉਹ ਰੱਖੋ ਤਿੰਨੋਂ ਹੀ ਜਿਹੜੇ ਲਿਬਰਲ ਜਸਟਿਸਿਸ ਸੀਗੇ ਸੁਪਰੀਮ ਕੋਰਟ ਨੇ ਉਹਨਾਂ ਨੇ ਜਿਹੜੇ ਇਸ ਚੀਜ਼ ਦੇ ਖਿਲਾਫ ਕੀਤੀ ਤੇ ਕਨਜ਼ਰਵੇਟਿਵ ਮੈਜੋਰਟੀ ਨੇ ਮੰਨਿਆ ਵੀ ਐਡਮਿਨਿਸਟ੍ਰੇਸ਼ਨ ਨੂੰ ਗੱਲ ਜਿਹੜੀ ਆ ਉਹ ਮੰਨਣੀ ਪਵੇਗੀ ਸੋ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਾਲ ਕਿਦਾਂ ਦਾ ਅਸਰ ਜਿਹੜਾ ਆ ਉਹ ਰਹਿੰਦਾ ਆ ਸੋ ਲੱਗ ਰਿਹਾ ਆ ਵੀ ਰਮੇਨ ਇਨ ਮੈਕਸੀਕੋ ਪਾਲਿਸੀ ਹਾਲ ਦੀ ਘੜੀ ਆਉਂਦੇ ਨਜ਼ਦੀਕੀ ਭਵਿੱਖ ਤੱਕ ਉਹ ਰਹੇਗੀ ਜੀ ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਗੱਲਾਂ ਲੱਗੀਆਂ ਹੋਈਆਂ ਕੈਲਰੋਰ ਫਾਇਰ ਨੂੰ ਲੈ ਕੇ ਹੁਣ ਤੱਕ 1,17,704 ਏਕੜ ਜਿਹੜੀ ਆ ਅੱਗ ਦੀ ਪੇਂਟ ਚੜ ਚੁੱਕੇ ਹੈਗੇ ਆ ਸਿਰਫ 9% ਜਿਹੜੀ ਫਾਇਰ ਉਹ ਕੰਟੇਨ ਹੋਈ ਹੈਗੀ ਆ ਐਲਡਰਾਡੋ ਕਾਉਂਟੀ ਦੇ ਵਿੱਚ ਜਿਹੜੀ ਅੱਗ ਆ ਇਸ ਨੇ ਪੂਰੀ ਤਰ੍ਹਾਂ ਜਿਹੜੀ ਤਬਾਹੀ ਮਚਾਈ ਹੋਈ ਆ ਬਹੁਤ ਸਾਰੇ ਲੋਕ ਲੋਕਾਂ ਨੂੰ ਉੱਥੋਂ ਏਵੈਕੂਏਟ ਵੀ ਕੀਤਾ ਗਿਆ ਹੈਗਾ ਆ ਜੀ ਲੇਕਟਾਹੋ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਕੈਲਡੋਰ ਫਾਇਰ ਹ ਉਸ ਤੇ ਕਰਕੇ ਬਿਲਕੁਲ ਖਤਰਨਾਕ ਲੈਵਲ ਦੇ ਉੱਤੇ ਜਿਹੜੀ 에ਅਰ ਕੁਆਲਿਟੀ ਆ ਉਹ ਪਹੁੰਚ ਚੁੱਕੀ ਹੈਗੀ ਹੈ ਵਾਈਲਡ ਫਾਇਰ ਦੇ ਜਿਹੜਾ ਇਹ স্মੋਕ ਦਾ ਧੂਆ ਆ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਉੱਥੇ ਪਰੇਸ਼ਾਨ ਕਰ ਰਿਹਾ ਹੈਗਾ ਆ ਪੂਰੇ ਮੁਲਕ ਭਾਰ ਦੇ ਵਿੱਚ ਸਭ ਤੋਂ ਘਟੀਆ ਜਿਹੜੀ ਹਵਾ ਦੀ ਜਿਹੜੀ ਕੁਆਲਿਟੀ ਸੀ ਉਹ ਅੱਜ ਲੇਕ ਟਾਹੋ ਦੇ ਵਿੱਚ ਦੱਸੀ ਗਈ ਹੈਗੀ ਆ ਸੋ ਜਿੱਦਾਂ ਤੁਸੀਂ ਦੱਸਿਆ ਵੀ ਕੈਲਡੋਰ ਫਾਇਰ ਡਿਕਸੀ ਫਾਇਰ ਇਹਨਾਂ ਦੋਨਾਂ ਨੇ ਜਿਹੜੀ ਖਾਸੀ ਜਿਹੜੀ ਤਬਾਹੀ ਆ ਉਹ ਮਚਾਈ ਹੈਗੀ ਆ ਸੋ ਉਮੀਦ ਕਰਦੇ ਆ ਜਲਦੀ ਇਸ ਦੇ ਉੱਤੇ ਕਾਬੂ ਜਿਹੜਾ ਹੋ ਪਵੇ ਪਰ ਲੱਗ ਰਿਹਾ ਇਦਾਂ ਹੀ ਰਿਹਾ ਹੈ ਹਰਜੋਤ ਸਿੰਘ ਜੀ ਵੀ ਅਜੇ ਕਾਫੀ ਸਮਾਂ ਜਿਹੜਾ ਇਸ ਚੀਜ਼ ਨੂੰ ਕਾਬੂ ਕਰਦਿਆਂ ਨੂੰ ਲੱਗ ਜਾਣਾ ਡਿਕਸੀ ਫਾਇਰ ਨੂੰ ਤਕਰੀਬਨ 1.5 ਮਹੀਨਾ ਹੋ ਗਿਆ ਹੈ ਚੱਲਦਿਆਂ ਨੂੰ ਅਜੇ ਵੀ ਉਸ ਨੂੰ ਜਿਹੜਾ ਬਹੁਤਾ ਆ ਕੰਟਰੋਲ ਦੇ ਵਿੱਚ ਜਿਹੜਾ ਹੋ ਨਹੀਂ ਕੀਤਾ ਜਾ ਸਕਿਆ ਤੇ ਇਹ ਹੌਲੀ-ਹੌਲੀ 1 ਮਿਲੀਅਨ ਦੇ ਆંકੜੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਹੈ 7 ਲੱਖ ਏਕੜ ਤੋਂ ਵੱਧ ਆਲਰੇਡੀ ਜਿਹੜੀ ਡਿਕਸੀ ਫਾਇਰ ਆ ਉਹ ਉਸਨੇ ਆਪਣੇ ਇਹ ਉਹਨਾ ਏਰੀਆ ਜਿਹੜਾ ਲਪੇਟ ਤੇ ਵਿੱਚ ਲੈ ਲਿਆ ਹੈਗਾ नेशनेल राइफल एसोसिएशन ਨੇ ਜਿਹੜੀ ਆ ਇੱਕ ਮੀਟਿੰਗ ਰੱਖੀ ਹੋਈ ਸੀ ਅੱਜ ਟੈਕਸਸ ਦੇ ਵਿੱਚ ਤੇ ਉਹਨਾਂ ਨੇ ਉਹ ਮੀਟਿੰਗ ਜਿਹੜੀ ਆ ਕੈਨਸਲ ਕਰ ਦਿੱਤੀ ਹੈਗੀ ਆ ਕਿਉਂਕਿ ਕਰੋਨਾ ਵਾਇਰਸ ਦੇ ਜਿਹੜੇ ਕੇਸਸ ਆ ਉਹ ਟੈਕਸਸ ਦੇ ਵਿੱਚ ਬਹੁਤ ਵਧੇ ਹੋਏ ਆ ਇਹਨੂੰ ਦੇਖਦੇ ਹੋਏ ਐਨ ਆਰਏ ਜਿਹੜੀ ਨਾ نیشنل ਰਾਈਫਲ ਐਸੋਸੀਏਸ਼ਨ ਆ ਉਹਨਾਂ ਨੇ ਅਨਾਉਂਸ ਕਰਤਾ ਵੀ ਜਿਹੜੀ ਅੱਜ ਮੀਟਿੰਗ ਉਹਨਾਂ ਦੀ ਹੋਣੀ ਸੀ ਉਸ ਨੂੰ ਕੈਨਸਲ ਕੀਤਾ ਜਾਂਦਾ ਹੈ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਹਾਈਵੇ ਜਿਹੜਾ 57 ਫਰੀਵੇ ਦਾ ਇੱਕ ਰੈਂਪ ਆ ਉਤੋਂ ਕਹਿੰਦੇ ਇੱਕ ਡੰਪ ਟਰੱਕ ਉੱਡਦਾ ਹੋਇਆ ਨਾਲ ਜਿਹੜੀਆਂ ਉਸ ਫਰੀਵੇ ਰੈਂਪ ਦੇ ਲਾਗੇ ਅਪਾਰਟਮੈਂਟ ਬਿਲਡਿੰਗ ਸੀ ਉਹਦੇ ਵਿੱਚ ਜਾਵਜਾ ਜਿਸ ਕਰਕੇ ਇਹ ਐਨਾਹਾਈਮ ਦੇ ਵਿੱਚ ਜਿਹੜਾ ਐਲਏ ਸਾਈਡ ਦੇ ਵਿੱਚ ਆ ਉਹਨਾਂ ਅਪਾਰਟਮੈਂਟਸ ਦੇ ਵਿੱਚ ਜਾਵਜਾ ਜਿਸ ਕਰਕੇ ਕਹਿੰਦੇ ਇੱਕ ਜਾਣੇ ਦੀ ਮੌਤ ਹੋ ਗਈ ਕਹਿੰਦੇ ਵੀ ਇੰਨੀ ਜ਼ੋਰ ਦੀ ਵੱਜਾ ਵੀ ਜਿਹੜੀ ਬ੍ਰਿਕ ਵਾਲਾ ਉਸ ਨੂੰ ਪੂਰੀ ਤਰ੍ਹਾਂ ਕ੍ਰਸ਼ ਕਰਸ਼ ਕਰਦਾ ਹੋਇਆ ਤੋੜਦਾ ਹੋਇਆ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਜਿਹੜਾ ਆ ਉਹ ਜਾ ਵਜਿਆ ਸੀਗਾ ਇੱਕ ਜਣੇ ਦੀ ਮੌਤ ਹੋਈ ਆ ਤੇ ਹੁਣ ਇਸ ਐਕਸੀਡੈਂਟ ਦੀ ਜਿਹੜੀ ਜਾਂਚ ਆ ਉਹ ਹੋਵੇਗੀ ਜੀ ਅਗਲੀ ਖਬਰ ਜਿਹੜੀ ਆ ਫਲੋਰੀਡਾ ਤੋਂ ਆ ਰਹੀ ਆ ਫਲੋਰੀਡਾ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਸਰਫਸਾਈਡ ਫਲੋਰੀਡਾ ਦੇ ਵਿੱਚ ਇੱਕ ਕੰਡੋਮਿਨੀਅਮ ਦੀ ਜਿਹੜਾ ਬਿਲਡਿੰਗ ਸੀ ਉਹ ਕਲਾਪਸ ਕਰ ਗਈ ਸੀ ਜਿਹਦੇ ਵਿੱਚ 98 ਜਾਣੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਸੀ ਕਈ ਫੱਟੜ ਵੀ ਹੋਏ ਸੀ 98 ਆਂ ਦੀਆਂ ਤਾਂ ਡੈੱਡ ਬੋਡੀਜ਼ ਉਥੋਂ ਲੱਭੀਆਂ ਹੈਗੀਆਂ ਤੇ ਹੁਣ ਜਿਹੜੀ ਨਵੀਂ ਰਿਪੋਰਟ ਆਈ ਆ ਉਹਦੇ ਵਿੱਚ ਕਹਿੰਦੇ ਵੀ 9 ਜਾਣੇ ਜਿਹੜੇ ਵਿਕਟਮ ਸੀਗੇ ਉਹ ਬਿਲਡਿੰਗ ਡਿਗਣ ਤੋਂ ਬਾਅਦ ਨੇ ਘੰਟੇ ਕਹਿੰਦੇ 10 10 20 20 ਘੰਟੇ ਤੱਕ ਵੀ ਜੀਂਦੇ ਰਹੇ ਪਰ ਕਿਉਂਕਿ ਉਹਨਾਂ ਨੂੰ ਕੱਢਣ ਨੂੰ ਬੜੇ ਟਾਈਮ ਲੱਗ ਗਿਆ ਇਸ ਕਰਕੇ ਉਹਨਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਜੀ ਹਰਜੋਤ ਸਿੰਘ ਜੀ ਜਦੋਂ ਤੋਂ FDA ਨੇ ਇਸ ਨੂੰ ਪੂਰਾ ਅਪਰੂਵਲ ਦਿੱਤਾ ਹੈ ਫਾਈਜ਼ਰ ਬਾਇਓਟੈਕ ਦੀ ਜਿਹੜੀ ਵੈਕਸੀਨ ਆ ਉਸ ਨੂੰ ਆ ਤਾਂ ਹੁਣ ਉਸ ਦੇ ਕਰਕੇ ਬਹੁਤ ਸਾਰੀਆਂ ਕੰਪਨੀਆਂ ਆਪਣੇ ਜਿਹੜੀ EMPLOYEES ਆ ਉਹਨਾਂ ਦੇ ਲਈ ਮੈਂਡੇਟ ਜਿਹੜੀਆਂ ਉਹ ਕਰ ਰਹੀਆਂ ਆ ਸਵੇਰੇ ਟੈਕਸਿਸ ਇਨਸਟਰੂਮੈਂਟ ਦੀ ਆਪਾਂ ਕੰਪਨੀ ਦੀ ਗੱਲ ਜਿਹੜੀ ਕੀਤੀ ਇਹ ਵੀ ਸਾਰੇ US EMPLOYEES ਨੂੰ ਉਹਨਾਂ ਨੂੰ ਵੈਕਸੀਨ ਜਿਹੜੀ ਉਹ ਲਗਵਾਉਣੀ ਪਊਗੀ ਅੱਜ CVS ਨੇ ਵੀ ਇਹ ਜਿਹੜਾ ਅਨਾਉਂਸ ਕਰ ਦਿੱਤਾ ਵੀ ਉਹਨਾਂ ਦੀਆਂ ਜਿਹੜੀਆਂ ਨਰਸਿਸ ਫਾਰਮਾਸਿਸਟ ਕਾਰਪੋਰੇਟ EMPLOYEES ਆ ਉਹਨਾਂ ਨੂੰ ਪੂਰਨ ਤੌਰ ਦੇ ਉਤੇ ਜਿਹੜਾ ਆ ਉਹ ਟੀਕਾਕਰਨ ਕਰਵਾਉਣਾ ਪਵੇਗਾ ਵੈਕਸੀਨੇਟ ਜਿਹੜਾ ਉਹ ਹੋਣਾ ਪਵੇਗਾ ਸੋ ਉਹਨਾਂ ਨੇ ਨਵੰਬਰ 30 ਤੱਕ ਦਾ ਜਿਹੜਾ ਉਹਨਾਂ ਨੂੰ ਵਕਤ ਹੁਣ ਦਿੱਤਾ ਹੈਗਾ ਆ ਵੀ ਤੁਸੀਂ ਪੂਰਨ ਤੌਰ ਦੇ ਉਤੇ ਆਪਣਾ ਟੀਕਾਕਰਨ ਕਰਵਾ ਲਓ ਕਮਲਾ ਹੈਰਿਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਜਦੋਂ ਉਹਨਾਂ ਦਾ ਟ੍ਰਿਪ ਜਾ ਰਿਹਾ ਸੀ ਹਾਨੋਈ ਵੀਅਤਨਾਮ ਨੂੰ ਤੇ ਉਹ ਕਈ ਘੰਟੇ ਲੇਟ ਹੋ ਗਿਆ ਉਹਦਾ ਕਾਰਨ ਇਹ ਦੱਸਿਆ ਗਿਆ ਵੀ ਇੱਕ ਮਿਸਟੀਰੀਅਸ ਜਿਹੜੀ ਹਵਾਨਾ ਸਿੰਡਰੋਮ ਆ ਉਹ ਉਥੇ ਪਾਇਆ ਗਿਆ ਕਿਉਂਕਿ ਉਹ ਚੀਜ਼ ਆ ਜਿਹਦੇ ਨਾਲ ਜਿਹੜੇ ਤੁਹਾਡੇ ਫੋਨ ਆ ਉਹਨਾਂ ਨੂੰ ਹੈਕ ਕੀਤਾ ਜਾਂਦਾ ਉਹਦੇ ਵਿੱਚੋਂ ਬੀਵਜ਼ ਇਦਾਂ ਦੀਆਂ ਕ੍ਰੀਏਟ ਹੁੰਦੀਆਂ ਜਿਹੜੀਆਂ ਕਿ ਫਿਜ਼ੀਕਲੀ ਤੁਹਾਨੂੰ ਹਾਰਮ ਕਰਦੀਆਂ ਹੈਗੀਆਂ ਇਸ ਤੋਂ ਪਹਿਲਾਂ ਵੀ ਕਿਊਬਾ ਦੇ ਵਿੱਚ ਜਿਹੜੀ ਯੂਐਸਡੀ ਐਮਬੈਸੀ ਦੇ ਵਿੱਚ ਜਿਹੜੇ EMPLOYES ਕੰਮ ਕਰਦੇ ਸੀ ਉਹਨਾਂ ਨੇ ਵੀ ਰਿਪੋਰਟ ਕੀਤਾ ਸੀ ਕਿ ਇਦਾਂ ਦੀਆਂ ਜਿਹੜੀ ਕੰਡੀਸ਼ਨਸ ਆ ਉਹਨਾਂ ਦੇ ਕੰਨਾਂ ਦੇ ਵਿੱਚ ਦੇ ਸਿਹਤ ਦੇ ਉੱਤੇ ਅਸਰ ਪਾ ਰਹੀਆਂ ਹੈਗੀਆਂ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਦੋ ਜਿਹੜੇ ਕਾਂਗਰਸਮੈਨ ਆ ਮਲਟਨ ਤੇ ਮੇਜਰ ਉਹ ਕਹਿੰਦੇ afghanistan ਨੂੰ ਜਿਹੜਾ ਉਹ ਟ੍ਰੈਵਲ ਜਿਹੜੇ ਉਹ ਚਲੇ ਗਏ ਉਹ ਬਗੈਰ ਇੱਕ ਹਸਾਬ ਦੇ ਨਾਲ ਜਿਹੜਾ ਉਹ ਦੱਸੇ ਜਦ ਕੀ ਕਹਿੰਦੇ ਵੀ ਸਟੇਟ ਤੇ ਡਿਫੈਂਸ ਡਿਪਾਰਟਮੈਂਟ ਕਹਿ ਰਹੇ ਸੀ ਕਿਸੇ ਵੀ ਲਾਅਮੇਕਰ ਨੂੰ ਵੀ ਉੱਥੇ ਜਿਹੜਾ ਉਹ ਤੁਸੀਂ ਨਾ ਜਾਵੋ ਕਿਉਂਕਿ ਸਥਿਤੀ ਜਿਹੜੀ ਆ ਉੱਥੇ ਵਿਸਫੋਟਕ ਇੱਕ ਹਸਾਬ ਦੇ ਨਾਲ ਬਣੀ ਪਈ ਹੈਗੀ ਆ ਇਹ ਜਿਹੜੇ ਦੋਨੋਂ ਹੀ ਜਿਹੜੇ ਰਿਪਰੈਜ਼ੈਂਟੇਟਿਵ ਇੱਕ ਜਿਹੜੇ ਡੈਮੋਕ੍ਰੇਟ ਪਾਰਟੀ ਤੋਂ ਸੈਥ ਮੋਲਟਨ ਤੇ ਪੀਟਰ ਮੇਜਰ ਜਿਹੜੇ ਰਿਪਬਲਿਕਨ ਪਾਰਟੀ ਤੋਂ ਮਿਸ਼ੀਗਨ ਤੋਂ ਇਹਨਾਂ ਨੇ ਜਿਹੜਾ ਕਨਫਰਮ ਕੀਤਾ ਆਪਣੀ ਜੁਆਇੰਟ ਸਟੇਟਮੈਂਟ ਦੇ ਵਿੱਚ ਵੀ ਅਸੀਂ ਇਹ ਹਾਲਾਤ ਦੇਖਣ ਜਿਹੜੇ ਉਹ ਗਏ ਆ ਇਹ ਦੱਸ ਜੇ ਜ਼ਿਕਰ ਜੋ ਗੱਲ ਇਹ ਆ ਵੀ ਇਹ ਦੋਨੋਂ ਹੀ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਨੇ ਦੋਨੋਂ ਹੀ ਵੈਟਰਨ ਨੇ ਸੋ ਅਮਰੀਕੀ ਫੌਜ ਦੇ ਲਈ ਜਿਹੜੇ ਆ ਉਹਨਾਂ ਨੇ ਉਹ ਕੰਮ ਕੀਤਾ ਆ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਅਫਗਾਨਿਸਤਾਨ ਦੇ ਵਿੱਚ ਜਿਸ ਤਰੀਕਾ ਨਾਲ ਫੌਜੀਆ ਨੂੰ ਬੁਲਾਇਆ ਆ ਉਸਦੇ ਇਹ ਆ ਕਾਫੀ ਜਿਹੜੇ ਆ ਕੜੇ ਵਿਰੋਧੀ ਇੱਕਸਾਬ ਦੇ ਨਾਲ ਜਾਂ ਕ੍ਰਿਟੀਕਲ ਜਿਹੜੇ ਆ ਉਹ ਰਹੇ ਹੈਗੇ ਆ ਸੋ ਇਹਨਾਂ ਨੇ ਪਹਿਲਾਂ ਵੀ ਕਈ ਬਿਆਨ ਦਿੱਤੇ ਸੀਗੇ ਵੀ ਰੈੱਡ ਟੇਪ ਨੂੰ ਭਾਈ ਹਾਲ ਦੀ ਘੜੀ ਥੋੜੀ ਪਰੇ ਰੱਖੋ ਤਾਂ ਜੋ ਜਿਹੜੇ ਆਪਣੇ ਆਪਣੇ ਲੋਕ ਨੇ ਜਾਂ ਆਪਣੇ ਮਦਦ ਕਰਨ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਸਮੇਂ ਸਿਰ ਉਥੋਂ ਕੱਢਿਆ ਜਾ ਸਕੇ ਜੀ ਅਗਰੀ ਖਬਰ ਫਰੀਜਨੋ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਸੰਤ ਜ਼ੋਰਾ ਸਿੰਘ ਲੋਪੋ ਚੈਰੀਟੇਬਲ ਟਰਸਟ ਵੱਲੋਂ ਗੁਰਦੁਆਰਾ ਸਾਹਿਬ ਬਣਾਉਣ ਦੇ ਲਈ ਪਲਾਨਿੰਗ ਕਮਿਸ਼ਨ ਦੇ ਕੋਲ ਅਪਲੀਕੇਸ਼ਨ ਦਿੱਤੀ ਗਈ ਸੀ ਪਰ ਫਰੀਜਨੋ ਕਾਉਂਟੀ ਦੀ ਜਿਹੜੀ ਪਲਾਨਿੰਗ ਕਮਿਸ਼ਨ ਆ ਉਹਨਾਂ ਨੇ ਨਾ ਕਰ ਦਿੱਤੀ ਸੀ ਉਸ ਤੋਂ ਬਾਅਦ ਜੂਨ ਦੇ ਵਿੱਚ ਜਿਹੜੇ ਸਿੱਖ ਹੈਗੇ ਆ ਉਹਨਾਂ ਨੇ ਅਪੀਲ ਕੀਤਾ ਸੀ ਵੀ ਇਸ ਪ੍ਰੋਜੈਕਟ ਨੂੰ ਗੋ ਹੈਡ ਕਰ ਦਿੱਤਾ ਜਾਵੇ ਪਰ ਪਲਾਨਿੰਗ ਤੋਂ ਬਾਅਦ ਫਿਰ ਇਹ ਬੋਰਡ ਆਫ ਸੁਪਰਵਾਈਜ਼ਰ ਦੇ ਕੋਲ ਗਿਆ ਤੇ ਬੋਰਡ ਆਫ ਸੁਪਰਵਾਈਜ਼ਰ ਜਿਹੜੇ ਆ ਉਹਨਾਂ ਨੇ ਜਨੈਨਿਮਸਲੀ ਇਸ ਜਿਹੜਾ ਗੁਰਦੁਆਰਾ ਸਾਹਿਬ ਆ ਉਹਨੂੰ ਅਪਰੂਵ ਕਰਤਾ ਉਹ ਕਹਿੰਦੇ ਕੋਈ ਰੀਜ਼ਨ ਨਹੀਂ ਹੈ ਵੀ ਤੁਸੀਂ ਕਾਹਤੇ ਇਹਨੂੰ ਜਦ ਹੋਰ ਇੰਨੇ ਸਾਰੇ ਜਿਹੜੇ ਚਰਚਸ ਜਾਂ ਰਿਲੀਜੀਅਸ ਪਲੇਸਸ ਹੈਗੀਆਂ ਆ ਕਿਉਂ ਨਹੀਂ ਤੁਸੀਂ ਹਾਂ ਕਰ ਰਹੇ ਹੈਗੇ ਪ੍ਰੋਪਰਟੀ ਜਿਹੜੀ 1501 ਨਾਰਥ ਬਰੇਂਲੇ ਐਵੇਨਿਊ ਨਾਰਥ ਆਫ 올ਿਵੀ ਐਵਨਿਊ ਦੇ ਉੱਤੇ ਹੈਗੀ ਆ ਤੇ ਅੱਜ ਉੱਥੇ ਹੀアリング ਸੀਗੀ ਉਹਦੇ ਵਿੱਚ ਸਿੱਖ ਵੀ ਕਾਫੀ ਗਏ ਹੋ ਸੀ ਪਰ ਉਹਨਾਂ ਚੋਂ ਕਹਿੰਦੇ ਬੋਲਿਆ ਤਾਂ ਕੋਈ ਨਹੀਂ ਪਰ ਜਿਹੜੇ ਕਮਿਸ਼ਨ ਜਿਹੜਾ ਬੋਰਡ ਹੈਗਾ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਨੂੰ ਅਪਰੂਵਲ ਦੇ ਦਿੱਤਾ ਵੀ ਕਹਿੰਦੇ ਵੀ 100 ਵਰਸ਼ਿਪਰਸ ਹੋਣੇ ਹੈਗੇ ਆ ਅ ਅਸੀਂ ਹਫਤੇ 'ਚ ਸੌਰੀ ਮਹੀਨੇ ਦੇ ਵਿੱਚ 2-3 ਵਾਰੀ ਐਤਵਾਰ ਨੂੰ ਮਿਲਿਆ ਕਰਾਂਗੇ ਸੋ ਇਹ ਤੋਂ ਬਾਅਦ ਹੁਣ ਉਹ ਲੱਗਦਾ ਵੀ ਬਿਲਡਿੰਗ ਨੂੰ ਜਿਹੜਾ ਰੀਮੋਡਲ ਕਰਨਾ ਸ਼ੁਰੂ ਕਰ ਦੇਣਗੇ ਜੀ ਅ ਇਸੇ ਦੌਰਾਨ ਹੀ ਜਿਹੜਾ ਹਰਜੋਤ ਸਿੰਘ ਜੀ ਫਰੇਜ਼ਨੋ ਕਾਉਂਟੀ ਨੇ ਇੱਕ ਨਵੀਂ ਇੰਡਸਟਰੀਅਲ ਪਾਰਕਾ ਉਸ ਨੂੰ ਹਰੀ ਝੰਡੀ ਜਿਹੜੀ ਉਹ ਹੋ ਇੱਕ ਹਿਸਾਬ ਦੇ ਨਾਲ ਦੇ ਸਕਦੇ ਆ ਅ ਸੋ ਫਰੇਜ਼ਨੋ ਇਲਾਕਾ ਤੇਜ਼ੀ ਦੇ ਨਾਲ ਜਿਹੜਾ ਉਹ ਫੈਲ ਰਿਹਾ ਆ ਡਵੈਲਪ ਜਿਹੜਾ ਹੋ ਰਿਹਾ ਆ ਹਾਈਵੇ 99 ਤੋਂ ਜਿਹੜਾ ਜੀ ਕਹਿ ਲਓ ਵੀ ਈਸਟ ਵਾਲੇ ਪਾਸੇ ਨੂੰ ਜਿਹੜਾ ਪੀਚ ਤੋਂ ਵੈਸਟ ਫਾਉਲਰ ਤੋਂ ਈਸਟ ਜਿਹੜਾ ਅਮਰੀਕਨ ਹ ਹੈਗਾ ਐਵੇਨਿਊ ਉਹ ਵਾਲੇ ਇਲਾਕੇ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਉੱਧਰ ਹੈਗਾ ਆ ਸੋ ਉਹ ਗੁਰਦੁਆਰਾ ਕੋ ਨਾਨਕ ਪ੍ਰਕਾਸ਼ ਉਹ ਵਾਲੇ ਇਲਾਕੇ ਵਾਲੇ ਪਾਸੇ ਨੂੰ ਉੱਥੇ ਤਕਰੀਬਨ 3000 ਏਕੜ ਦਾ ਇੰਡਸਟਰੀਅਲ ਪਾਰਕ ਜਿਹੜਾ ਆ ਉਹ ਆ ਸਕਦਾ ਆ ਸੋ ਰਾਈਟ ਨਾਉ ਉੱਥੇ ਖੇਤੀਬਾੜੀ ਦੀ ਜਿਹੜੀ ਉਹ ਜ਼ਮੀਨ ਜਿਹੜੀ ਉਹ ਹੈਗੀ ਆ ਤੇ ਉਸ ਦੇ ਰਿਵਿਊ ਦੇ ਲਈ ਜਿਹੜੀ ਆ ਕਾਉਂਟੀ ਨੇ ਆਲਰੇਡੀ ਹਰੀ ਝੰਡੀ ਆ ਹੁਣ ਦੇ ਦਿੱਤੀ ਆ ਆਉਂਦਾ ਆ ਕਿ ਨਹੀਂ ਆਉਂਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਦੇਖਣਾ ਹੋਵੇਗਾ ਪਰ 3000 ਏਕੜ ਨੂੰ ਜਿਹੜੀ ਐਗਰੀਕਲਚਰ ਲੈਂਡ ਤੋਂ ਬਦਲ ਕੇ ਜਿਹੜਾ ਇੰਡਸਟਰੀਅਲ ਪਾਰਕ ਦੇ ਵਿੱਚ ਤਬਦੀਲ ਕਰਨ ਦੇ ਲਈ ਗੱਲਬਾਤ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈਗੀ ਆ ਆਲਰੇਡੀ ਆਪਣੇ ਕਈ ਜਿਹੜੇ ਟਰੱਕਾਂ ਵਾਲਿਆਂ ਦੇ ਬਿਜ਼ਨਸ ਜਿਹੜੇ ਆ ਉਹਨਾਂ ਇਲਾਕਿਆਂ ਦੇ ਵਿੱਚ ਅ ਵੀ ਜਿਹੜੇ ਉਹ ਹੈਗੇ ਨੇ ਸੋ 99 ਕੋਰੀਡੋਰ ਨੂੰ ਜਿਹੜਾ ਹੋਰ ਡਿਵੈਲਪ ਕਰਨ ਦੀ ਜਿਹੜੀ ਆ ਇਸ ਇਕਵਾਇਟ ਦੇ ਵਿੱਚ ਇੱਕ ਨਵੀਂ ਕੜੀ ਜਿਹੜੀ ਇੱਥੇ ਜੁੜ ਰਹੀ ਆ ਆਲਰੇਡੀ ਐਮਾਜ਼ਨ ਨੇ ਕਾਫੀ ਵੱਡਾ ਆਪਣਾ ਇੱਕ ਫੁੱਲਫਿਲਮੈਂਟ ਸੈਂਟਰ ਜਿਹੜਾ ਆ ਉਹ ਵੀ ਫਰੇਜ਼ਨੋ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਆਲਰੇਡੀ ਡਿਵੈਲਪ ਕੀਤਾ ਹੈਗਾ ਆ ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ ਸੈਕਰਾਮੈਂਟੋ ਦੇ ਮੇਅਰ ਡੈਰਲ ਸਟੀਨਵਰਕ ਜਿਹੜੇ ਆ ਉਹ ਕਹਿੰਦੇ ਵੀ ਜਿਹੜੇ ਸਾਨੂੰ 112 ਮਿਲੀਅਨ ਡਾਲਰ ਫੈਡਰਲ ਫੰਡਸ ਮਿਲਣ ਜਾ ਰਹੇ ਹੈਗੇ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਉਸ ਨੂੰ ਆਪਾਂ ਕਿਸ ਤਰ੍ਹਾਂ ਜਿਹੜਾ ਖਰਚ ਕਰਾਂਗੇ ਉਹ ਜਿਹੜੇ ਮੇਅਰ ਆ ਉਹਨਾਂ ਨੇ ਇਹ ਕਿਹਾ ਕਿ 30 ਮਿਲੀਅਨ ਡਾਲਰ ਉਹ ਜਿਹੜੇ ਲੋਕਲ ਸਮਾਲ ਬਿਜ਼ਨੈਸਸ ਆ ਡਾਊਨਟਾਊਨ ਕੋਰ ਤੇ ਨੇਬਰਹੂਡ ਬਿਜ਼ਨਸ ਕੋਰੀਡੋਰ ਦੇ ਵਿੱਚ ਉਹਨਾਂ ਦੇ ਉੱਤੇ ਸਪੈਂਡ ਕਰਨਗੇ ਖਾਸ ਕਰਕੇ ਜਿਹੜੇ ਰੈਸਟੋਰੈਂਟਸ ਵਗੈਰਾ ਹੈਗੇ ਆ ਉਹਨਾਂ ਦੇ ਜਿਹੜੇ ਬਾਹਰ ਖਾਣ ਵਾਲਾ ਜਗ੍ਹਾ ਬਣਾਈ ਆ ਉਹ ਕਹਿੰਦੇ ਵੀ ਪਰਮਾਨੈਂਟ ਹੀ ਹੋ ਜਾਏ ਇਸੇ ਤਰ੍ਹਾਂ 41 ਮਿਲੀਅਨ ਡਾਲਰ ਜਿਹੜੇ ਆ ਹੋਮਲੈਸਨੈਸ ਦੇ ਇਸ਼ੂ ਨੂੰ ਕਵਰ ਕਰਨ ਦੇ ਲਈ ਵਰਤੇ ਜਾਣਗੇ 29 ਮਿਲੀਅਨ ਡਾਲਰ ਜਿਹੜੇ ਆ ਯੂਥਫੁਲ ਵਰਕਫੋਰਸ ਟ੍ਰੇਨਿੰਗ ਤੇ ਗੈਂਗ ਪਰਵਿੰਸ਼ਨ ਦੇ ਲਈ ਤੇ 10 ਮਿਲੀਅਨ ਡਾਲਰ ਜਿਹੜਾ ਆ ਆਰਟਸ ਦੇ ਉੱਤੇ ਸਪੈਂਡ ਕੀਤਾ ਜਾਊਗਾ ਤੇ 45 ਮਿਲੀਅਨ ਡਾਲਰ ਜਿਹੜਾ ਆ ਸਿਟੀ EMPLOYES ਦੇ ਉੱਤੇ ਜਿਹੜਾ ਖਰਚ ਕੀਤਾ ਜਾਊਗਾ ਤੇ 20 ਮਿਲੀਅਨ ਡਾਲਰ ਜਿਹੜਾ ਫੈਡਰਲ ਫੰਡਿੰਗ ਵੱਲੋਂ ਜਿਹੜਾ ਸਿਟੀ EMPLOYES ਦੇ ਉੱਤੇ ਖਰਚਣ ਦੇ ਲਈ ਆਊਗਾ ਜੀ ਸਮਾਪਰੇ ਇੰਟਰ ਪ੍ਰੋਗਰਾਮ ਦਾ ਸਮਾਪਤਾ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਡਾਉ ਜੋਨਸ ਅੱਜ 30 ਪੁਆਇੰਟ ਵਧੇ 35366 ਦੇ ਉੱਤੇ ਇਹ ਬੰਦ ਹੋਇਆ ਨੈਸਟੈਕ ਦੇ ਵਿੱਚ 77 ਪੁਆਇੰਟ ਵਧੇ 15020 ਦੇ ਉੱਤੇ ਬੰਦ ਹੋਇਆ ਐਸ ਐਨ ਪੀ ਦੇ ਵਿੱਚ 7.4386 ਦੇ ਉੱਤੇ ਬੰਦ ਹੋਇਆ 10 ਇਅਰ ਯੀਲਡ 1.29% ਰਹੀ ਸੋਨੇ ਦਾ ਭਾਅ 1797 ਡਾਲਰ ਪ੍ਰਤੀ ਆਉਂਸ ਰਿਹਾ ਤੇ ਬਿਟਕੋਇਨ ਦੀ ਕੀਮਤ 47899 ਦੇ ਉੱਤੇ ਰਹੀ ਜੀ ਇੱਕ ਯੂ ਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 25 ਸੈਂਟ ਦੇ ਬਰਾਬਰ ਰਹੀ ਹੈ ਇੱਕ ਯੂ ਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 15 ਪੈਸੇ ਦੇ ਬਰਾਬਰ ਰਹੀ ਜੀ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ ਮਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ ਉਹ ਤੱਕ ਲਈ ਮੈਨੂੰ ਰਾਜਕਨ ਮਿਸ਼ਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਹਿਗੀ ਜਹੀ ਸੱਤ ਸਰੀਆ ਕਾ ਯੂਨੀਵਰਸਿਟੀ ਦੇ ਹਾਸੇ ਖੇਲਦੇ ਰਹੋ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂ ਐਸ